ਗੈਂਗਸਟਰ ਰਵੀ ਦਿਓਲ ਨੂੰ ਪੁਲਿਸ ਨੇ ਅੱਜ 3 ਦਿਨ ਦੇ ਰਿਮਾਂਡ ਤੋਂ ਬਾਅਦ ਪਟਿਆਲਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ NDPS ਐਕਟ ਅਤੇ ਹਥਿਆਰਾਂ ਦੇ ਮਾਮਲੇ ਵਿੱਚ ਰਵੀ ਦਿਓਲ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਇਸ ਤੋਂ ਪੁੱਛਗਿੱਛ ਦੇ ਲਈ ਹੋਰ ਸਮਾਂ ਮੰਗਿਆ ਗਿਆ, ਜਿਸ ਦੇ ਆਧਾਰ ਤੇ ਮਾਨਯੋਗ ਅਦਾਲਤ ਵੱਲੋਂ 1 ਦਿਨ ਦਾ ਹੋਰ ਰਿਮਾਂਡ ਦਿੱਤਾ ਗਿਆ। ਕੋਈ ਕ੍ਰਾਈਮ ਨਹੀਂ ਕੀਤਾ ਔਰ ਕੋਈ ਵੀ ਉਹ ਤੋਂ ਰਿਕਵਰੀ ਜਿਹੜੀ ਹੈ ਗੈਂਗਸਟਰ ਵਾਲਾ ਜਿਹੜਾ ਸੀ, ਕੋਈ ਇਹਨੇ ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਕੀਤਾ ਵੀ ਇਹਨੇ ਕੋਈ ਜੇਲ੍ਹ ਬ੍ਰੇਕ ਕੀਤਾ ਹੋਵੇ, ਇਹਨੇ ਕੋਈ ਬੈਂਕ ਲੁੱਟਿਆ ਹੋਵੇ, ਕੋਈ ਬੰਦੇ ਦੀ ਕਿਲਿੰਗ ਕੀਤੀ ਹੋਵੇ, ਇਸ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹੈ। ਛੋਟੇ ਮੋਟੇ ਲੜਾਈ ਦੇ ਕੇਸ ਸੀ ਸਾਰੇ ਕੋਲ, ਉਹਨਾਂ ਦੇ ਵਿੱਚ ਵੀ ਜੁਡੀਸ਼ੀਅਲ ਮਾਰਟ ਦੇ 23 ਤੱਕ ਸੰਗਰੂਰ ਇਹ। ਇੱਥੇ ਤਾਂ ਪਟਿਆਲੇ ਦਾ ਇੱਕ FIR ਨੰਬਰ 50 ਹੈਗੀ ਹੈ, ਉਹ ਵੀ 2013 ਦਾ ਕੇਸ ਹੈਗਾ, ਉਹ ਐਂਡ ਡਰੱਗਸ ਦਾ ਦਿਖਾਇਆ ਹੋਇਆ ਇਹਨਾਂ ਨੇ, ਉਹਦੇ 'ਚ ਵੀ ਰਿਕਵਰੀ ਹੈ ਨਹੀਂ। POC ਅਤੇ ਕਿਉਂਕਿ ਅਸੀਂ ਖੁਦ ਇਹਨੂੰ ਸਲੈਕਟ ਕੀਤਾ ਕੋਰਟ ਸੰਗਰੂਰ, ਤਾਂ ਸਾਰੇ ਕੇਸਾਂ ਦੇ ਵਿੱਚ ਇਹ ਹੈ ਵੀ ਆਪਣੀ ਘਰੇ ਪੀਸਫੁਲ ਜ਼ਿੰਦਗੀ, ਇੱਕ ਸ਼ਾਂਤਮਈ ਢੰਗ ਨਾਲ, ਇੱਕ ਚੰਗਾ ਨਾਗਰਿਕ ਦੇ ਤੌਰ 'ਤੇ ਜ਼ਿੰਦਗੀ ਜੀਣਾ ਚਾਹੁੰਦਾ ਹੈਗਾ। ਅਤੇ ਹੁਣ ਅਦਾਲਤ ਨੇ ਜਿਹੜਾ ਹੈਗਾ, ਪਹਿਲਾਂ ਰਿਮਾਂਡ ਸੀ ਤਾਂ 16 ਤੋਂ ਲੱਗੇ ਅੱਜ ਤੱਕ ਰਿਮਾਂਡ ਸੀ ਦਾ ਪੁਲਿਸ ਰਿਮਾਂਡ, ਅਤੇ ਹੁਣ 1 ਦਿਨ ਦਾ ਰਿਮਾਂਡ ਹੋਰ, ਹੁਣ ਇਹਨੂੰ ਪਰਸੋਂ ਨੂੰ ਇੱਥੇ ਕੋਰਟ 'ਚ ਪੇਸ਼ ਕੀਤਾ ਜਾਏਗਾ। ਅਤੇ ਇਹਦਾ ਰਿਮਾਂਡ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਕੋਰਟ ਤੋਂ ਪੁਲਿਸ ਨੇ, ਪਰ ਕੋਰਟ ਨੇ 5 ਦਿਨ ਦਾ ਰਿਮਾਂਡ ਨਹੀਂ ਦਿੱਤਾ ਇਹਦਾ, ਔਰ ਸਾਨੂੰ ਮਿਲਣ ਦਾ ਰਾਈਟ ਨਹੀਂ ਦਿੱਤਾ ਇਹਨੂੰ, ਅਸੀਂ ਮਿਲ ਸਕਦੇ ਹਾਂ ਐਜ ਵਕੀਲ ਦੇ ਤੌਰ 'ਤੇ ਇਹਨੂੰ, ਜਿੱਥੇ ਵੀ ਇਹਨੂੰ ਰੱਖਣਗੇ ਇਹਨੂੰ ਮਿਲ ਸਕਦਾ ਮੈਂ 15 ਮਿੰਟ ਲਈ, ਔਰ ਹੁਣ ਇਹਨੂੰ 21 ਨੂੰ ਪੇਸ਼ ਕਰਨਗੇ ਇੱਥੇ ਜੀ।